घटे मूले
नायक राम हमारा सब संसार क्यों बन जा रहा ते हटने संसार की हो बन जा रहा सौदा करन बन जा रहा कथूरी को गाहक आओ सौदा करन बन जा रहा किन्हीं बन जया का सीतांबा सौदा करन बन जा रहा किन्हीं बन जया का सीतांबा संसार की ओ बन जा रहा मजन जीवन दी हर एक मनुख दे जीवन दी एक कहानी है शब्दावली एग्जांपल बड़ी सोचदार समझन वाली जेदा शब्द आप बाबा कबीर जी दा चल रहा है इसको पहला बहुत पहला राग गौड़ी विच भी एक शब्द बाबा कबीर जी दा आ चुका है बिल्कुल इसे जिंदा प्रमाण उन्हें दे रहा सा नायक राम हमारा केंद्र दुनिया का हर जीव हर मनुख एक व्यापारी बन के आया है एक वणजारा बन के आया है ते एक ख्याल करियो मैं एक बार अर्ज भी की व्यापार एक ओ साधन है जिंदे विच बड़ी सूझ दी लोड़ होती है क्योंकि मार्केट का सौदा बदलता रहता है कभी इको नहीं रहता हर प्रोडक्शन जिथे भी होती है वो मार्केट विच ही आती है मार्केट विच जिंदी मांग ज्यादा होंदी है उंदी ही नकल होंदी है जिंदी मांग कोई नहीं उंदी नकल की होनी है नकल करदा ही कोई होंदी है जेड़ी चीज दी मांग ज्यादा होवे इसलिए बाजार विच चीजां बदलदियां ने उन वस्तुआं दियां वैल्यू बदलदियां ने उतरा चढ़ा होंदा है व्यापारी बिजनेसमैन पता है मैं ते
ਗੁਰਬਾਣੀ ਦੇ ਸਹਾਰੇ ਤੁਹਾਡੇ ਨਾਲ ਗੱਲ ਕਰਨੀ ਆ। ਬਿਜ਼ਨਸ ਕਰਨ ਵਾਲੇ ਮਨੁੱਖ ਦੀ ਹੱਡ ਬੀਤੀ ਹੈ, ਉਹਨੂੰ ਕਿੱਡਾ ਸੁਚੇਤ ਰਹਿਣਾ ਪੈਂਦਾ ਤੇ ਹਰ ਵਕਤ ਦੇ ਬਦਲਦੇ ਹੋਏ ਹਾਲਾਤ ਤੋਂ ਉਹਨੂੰ ਗਿਆਨ ਹੋਣਾ ਚਾਹੀਦਾ ਔਰ ਨਾਲ ਨਾਲ ਸਟੱਡੀ ਕਰਦਾ। ਅੱਜ ਬਾਜ਼ਾਰ ਦੀ ਕੀ ਹਾਲਤ ਹੈ, ਕੱਲ ਬਾਜ਼ਾਰ ਦੀ ਕੀ ਵੈਲਿਊ ਹੋਏਗੀ, ਕਿਸ ਸੌਦੇ ਦੀ ਅੱਜ ਖਰੀਦਦਾਰੀ ਹੈ, ਕੱਲ ਨੂੰ ਇਹਦੀ ਕੋਈ ਕੀਮਤ ਰਹੇਗੀ ਨਹੀਂ ਰਹੇਗੀ, ਇਹ ਸਾਰੀਆਂ ਚੀਜ਼ਾਂ ਵਣਜਾਰੇ ਦੀ ਗਿਆਤ ਵਿੱਚ ਹੋਣੀਆਂ ਚਾਹੀਦੀਆਂ ਨੇ। ਵਣਜਾਰਾ ਹੋਣਾ ਇੱਕ ਵੱਖਰੀ ਗੱਲ ਹੈ। ਗੁਰੂ ਕਹਿੰਦੇ ਨੇ ਦੁਨੀਆਂ ਦਾ ਹਰ ਮਨੁੱਖ, ਬਾਬਾ ਕਬੀਰ ਜੀ ਕਹਿੰਦੇ ਨੇ ਦੁਨੀਆਂ ਦਾ ਹਰ ਮਨੁੱਖ ਇਸ ਸੰਸਾਰ ਵਿੱਚ, ਇਸ ਦੁਨੀਆਂ ਦੇ ਬਾਜ਼ਾਰ ਵਿੱਚ ਜਿਸਨੂੰ ਤਿਹੱਟੜਾ ਬਾਜ਼ਾਰ ਆਖਿਆ ਗੁਰਬਾਣੀ ਨੇ, ਤੇ ਤਿਹੱਟੜੇ ਦਾ ਮਤਲਬ ਹੁੰਦਾ ਜਿੰਨੀਆਂ ਤਿੰਨ ਹੱਟੀਆਂ ਹੋਣ, ਤਿੰਨ ਕਾਊਂਟਰ ਹੋਣ। ਪੁਰਾਣੇ ਜ਼ਮਾਨੇ ਦਾ, ਪੁਰਾਣੇ ਦਾ ਤਾਂ ਦੁਹੱਟਾ ਹੈ ਜੀ, ਜਿਹਦੇ ਦੋ ਦਰਵਾਜ਼ੇ ਖੂਹ ਤੇ ਜਿਹਦੇ ਤਿੰਨ ਦਰਵਾਜ਼ੇ ਤਿੰਨ ਕਾਊਂਟਰ ਹੋਣ ਵਿੱਚ ਉਹਨੂੰ ਕਹਿੰਦੇ ਸਨ ਤਿਹੱਟੜਾ। ਗੁਰੂ ਕਹਿੰਦੇ ਨੇ ਸੰਸਾਰ ਤਿਹੱਟੜਾ ਬਾਜ਼ਾਰ ਹੈ, ਇੱਥੇ ਤਿੰਨ ਕਾਊਂਟਰ ਖੁੱਲ੍ਹੇ, ਤਿੰਨਾਂ ਕਾਊਂਟਰਾਂ 'ਤੇ ਸੇਲਸਮੈਨ ਜਿਹੜੇ ਨੇ ਉਹਨਾਂ ਦਾ ਨਾਂ ਹੈ ਰਜੋ ਤਮੋ ਤੇ ਸਤਮ, ਤਿੰਨ ਗੁਣ। ਤਿੰਨੋਂ ਹੀ ਬੈਠੇ ਨੇ ਲੁੱਟਣ ਵਾਸਤੇ। ਦੁਕਾਨਦਾਰ ਦੀ ਆਦਤ ਹੁੰਦੀ, ਉਹ ਕਹਿੰਦਾ ਘੱਟ ਤੋਂ ਘੱਟ ਦੇਣਾ ਪਵੇ, ਵੱਧ ਤੋਂ ਵੱਧ ਲੈ ਸਕਾਂ। ਉਹ ਵੀਰ ਆਮ ਜੀਵਨ ਵਿੱਚ ਕਹਿੰਦੇ ਵੇਖੇ ਨੇ ਜੀ, ਬਿਜ਼ਨਸ ਹੈ, ਹੁਣ ਵਪਾਰ ਵਿੱਚ ਤਾਂ ਝੂਠ ਬੋਲਣਾ ਹੀ ਪੈਂਦਾ, ਇਹ ਆਮ ਜੀਵਨ ਦੀ ਗੱਲ ਹੈ। ਆਖਦੇ ਨੇ ਜੀ ਬਿਜ਼ਨਸ ਵਿੱਚ ਤਾਂ ਝੂਠ ਬੋਲਣਾ ਹੀ ਪੈਂਦਾ। ਝੂਠ ਕਿਉਂ ਬੋਲਣਾ ਪੈਂਦਾ, ਕਿਹਦੇ ਨਾਲ ਬੋਲਣਾ ਪੈਂਦਾ, ਵਪਾਰ ਖਰੀਦਦਾਰ ਨਾਲ, ਕਸਟਮਰ ਨਾਲ? ਇਹ ਕਿਉਂ ਬੋਲਣਾ ਪੈਂਦਾ, ਕਿਉਂਕਿ ਧੋਖਾ ਕਰਨਾ, ਚੀਜ਼ ਘਟੀਆ ਦੇਣੀ ਤੇ ਪੈਸੇ ਵੱਧ ਲੈਣੇ ਨੇ। ਇਸ ਲਈ ਸੇਲਸਮੈਨ ਜਿਹੜਾ ਹੈ ਉਹਦੀ ਹੁਸ਼ਿਆਰੀ ਇਸੇ ਗੱਲ ਵਿੱਚ ਹੈ ਕਿ ਉਹ ਗਾਹਕ ਨੂੰ ਜ਼ਿਆਦਾ ਲੁੱਟ ਸਕੇ। ਸੇਲਸਮੈਨ ਦੀ ਹੁਸ਼ਿਆਰੀ ਉਹ। ਤੇ ਬਾਬਾ ਕਬੀਰ ਕਹਿੰਦੇ ਨੇ ਇਸ ਤਿਹੱਟੜੇ ਬਾਜ਼ਾਰ ਵਿੱਚ ਤਿੰਨ ਸੇਲਸਮੈਨ ਬੈਠੇ ਨੇ, ਉਹਨਾਂ ਦੇ ਪਿੱਛੇ ਮਾਇਆ ਦੀ ਸ਼ਕਤੀ। ਗੁਣ ਬਾਣੀ ਵਿੱਚ ਆਖਿਆ ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ ਗੁਰਬਾਣੀ ਦੀ ਤਬਾਹੀ। ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਸ ਸੰਸਾਰ ਦੇ ਬਾਜ਼ਾਰ ਵਿੱਚ ਤਿੰਨ ਕਾਊਂਟਰਾਂ 'ਤੇ ਤਿੰਨੋਂ ਸੇਲਸਮੈਨ ਬੈਠੇ ਨੇ, ਰਜੋ ਤਮੋ ਤੇ ਸਤ। ਮਨੁੱਖ ਕਿਸੇ ਵੀ ਕਾਊਂਟਰ ਤੇ ਲਜਾਇਆ ਜਾਏ ਉੱਤੇ ਲਿਹਾਜ਼ ਨਹੀਂ ਕਰਦੇ, ਇੱਥੇ ਵੀ ਲਜਾਏ ਨੇ ਤੀਨ ਜਗ੍ਹਾ ਤੀ ਕਰਤਰਾਰ ਹੈ, ਉਹ ਝਗੜ ਕੇ ਵੀ ਤੁਹਾਨੂੰ ਆਪਣੀ ਗੱਲ ਮਨਾਉਣਾ ਚਾਹੁੰਦੇ ਨੇ। ਇੱਥੇ ਲਜਾਏ ਨੇ ਤੀਨ ਜਗ੍ਹਾ ਤੀ ਕਰਤਰਾਰ ਹੈ। ਤੇ ਹੁੰਦਾ ਕੀ ਹੈ, ਜਿਹੜਾ ਵਣਜਾਰਾ ਹੈ, ਜਿਹੜਾ ਵਪਾਰੀ ਹੈ, ਜਿਹੜਾ ਕੁਝ ਖਰੀਦਣਾ ਹੁੰਦਾ ਹੈ, ਵਿਚਾਰਾ ਖਾਲੀ ਹੱਥ ਵਾਪਸ ਸਭ ਕੁਝ ਤਾਂ ਲੁੱਟ ਲੈਂਦੇ ਨੇ, ਉਹਦੇ ਪੱਲੇ ਕੁਝ ਨਹੀਂ ਰਹਿੰਦਾ। ਇੱਥੇ ਵੀ ਲਫ਼ਜ਼ ਹੈ ਤੀਨ ਜਗ੍ਹਾ ਤੀ ਕਰਤਰਾਰ, ਚਲੋ ਵਣਜਾਰੋ ਹੱਥ ਝਾੜ। ਹੱਥ ਝਾੜ ਕੀ ਹੁੰਦਾ, ਖਾਲੀ ਹੱਥ ਜਾਣਾ, ਆਪਾਂ ਹੱਥ ਝਾੜ ਕੇ ਚਲੇ ਗਏ, ਕੁਝ ਪੱਲੇ ਕੁਝ ਹੱਥ ਨਾ ਰਿਹਾ। ਜਦੋਂ ਕੁਝ ਨਾ ਰਵੇ ਨੇ ਉਦੋਂ ਕਹਿੰਦੇ ਹੁੰਦੇ ਇਹਨੇ ਦੋਵੇਂ ਹੱਥ ਝਾੜ ਦਿੱਤੇ ਨੇ, ਹੁਣ ਮੇਰੇ ਹੱਥ ਕੁਝ ਨਹੀਂ। ਵਣਜਾਰਾ ਇਹਨਾਂ ਤਿੰਨਾਂ ਦੇ ਸਾਹਮਣੇ ਹੱਥ ਝਾੜ ਕੇ ਜਾ ਰਿਹਾ। ਹੁਣ ਦ੍ਰਿਸ਼ ਰਚਿਆ ਨੇ ਵਣਜਾਰੇ ਦਾ, ਕਹਿੰਦੇ ਨੇ ਸੰਸਾਰ ਦਾ ਹਰ ਮਨੁੱਖ ਇੱਕ ਵਣਜ ਕਰਨ ਆਇਆ,
ਵਣਜ ਦੀ ਕਿਰਿਆ ਵਿੱਚ ਇੱਕ ਗੱਲ ਸਮਝਣ ਵਾਲੀ ਹੈ। ਵਪਾਰ ਦਾ ਮੁੱਖ ਮਕਸਦ ਜਿਹੜਾ ਸਮਝਣਾ ਹੋਏ ਕਿ ਮੈਂ ਜਿੰਨੀ ਕੀਮਤ ਦੇ ਰਿਹਾ ਕਿ ਜਿਹੜੀ ਵਸਤੂ ਖਰੀਦ ਰਿਹਾ ਉਸ ਵੈਲਿਊ ਦੀ ਜਾਂ ਉਦੋਂ ਵਾਧੂ ਵੈਲਿਊ ਦੀ ਹੈ। ਜਿਹੜਾ ਕਸਟਮਰ ਖਰੀਦਣ ਵਾਲਾ ਇਹ ਨਾ ਸਮਝ ਸਕੇ, ਉਹਨੂੰ ਵਸਤੂ ਦੀ ਵੈਲਿਊ ਦੀ ਪਛਾਣ ਨਾ ਹੋਵੇ, ਮੁੱਲ ਜ਼ਿਆਦਾ ਦੇ ਪਵੇ, ਚੀਜ਼ ਕੁਝ ਵੀ ਨਾ ਖਰੀਦੇ, ਉਹਨੇ ਕੀ ਫਾਇਦਾ ਉਠਾਉਣਾ ਹੈ, ਉਹਨੇ ਕਾਹਦਾ ਵਪਾਰ ਕਰਨਾ। ਅਜੋਕੇ ਸਮੇਂ ਅੰਦਰ ਤਾਂ ਵਪਾਰ ਦੀ ਦੁਨੀਆ ਬਹੁਤ ਵਸੀਹ ਹੋ ਗਈ, ਉਹਦੇ ਨਿਯਮ ਵੀ ਬੜੇ ਨੇ। ਉਹਦੇ ਨਿਯਮ ਵਿੱਚ ਮੁੱਖ ਨਿਯਮ ਇਹ ਹੈ ਕਿ ਜਿਹੜੀ ਚੀਜ਼ ਤੂੰ ਖਰੀਦ ਰਿਹਾ ਤੈਨੂੰ ਉਹਦੀ ਵੈਲਿਊ ਦਾ ਵੀ ਪਤਾ ਹੋਵੇ, ਜੋ ਮੁੱਲ ਤੂੰ ਦੇ ਰਿਹਾ ਤੈਨੂੰ ਉਹਦੀ ਵੈਲਿਊ ਦਾ ਵੀ ਪਤਾ ਹੋਵੇ, ਕਿਉਂਕਿ ਤੇਰੀ ਪੂੰਜੀ ਉਸ ਮਾਲ 'ਤੇ ਲੱਗ ਰਹੀ, ਉਸ ਖਰੀਦਦਾਰੀ 'ਤੇ ਲੱਗ ਰਹੀ। ਗੁਰਬਾਣੀ ਨੇ ਬੜੀ ਸੁਣ ਗੱਲ ਆਖੀ, ਲਫਜ਼ ਆਏ ਸਨ ਬਾਬਾ ਕਬੀਰ ਜੀ ਦੇ ਦੂਜੇ ਸ਼ਬਦ, ਪਾਪ ਪੁੰਨ ਦੋਏ ਬੈਲ ਬਿਸਾਹੇ, ਪਾਪ ਤੇ ਪੁੰਨ ਦੋ ਬੈਲ ਗੱਡੀ ਅੱਗੇ ਜੋੜ ਕਰਦੇ ਮੇਰੇ ਮਾਲਕ ਨੇ, ਨਾਇਕ ਨੇ ਜੀਵਨ ਦੀ ਗੱਡੀ 'ਤੇ। ਪੂੰਜੀ ਪ੍ਰਗਾਸ਼ਿਓ, ਪਵਨ ਕੀ ਹੈ? ਸਾਹ, ਸਵਾਸ, ਇਸ ਨੂੰ ਪਵਨ ਆਖਦੇ ਨੇ, ਅਸੀਂ ਹਵਾ ਵਿੱਚ ਸਵਾਸ ਲੈਂਦੇ। ਮਨੋ ਸਵਾਸਾਂ ਦੀ ਪੂੰਜੀ ਦੀ ਇੱਕ ਵੱਡੀ ਬੋਰੀ ਲੱਦ ਕੇ ਬਹੁਤ ਸਾਰੀ ਦੌਲਤ ਦੀ, ਸਵਾਸਾਂ ਦੀ ਪੂੰਜੀ ਦੀ ਤੇਰੀ ਇਸ ਜੀਵਨ ਦੀ ਗੱਡੀ 'ਤੇ ਲੱਦ ਦਿੱਤੀ ਅਤੇ ਆਖਿਆ ਜਾ ਤਿਹਟੜੇ ਬਾਜ਼ਾਰ ਵਿੱਚ ਤੈਨੂੰ ਭੇਜ ਰਿਹਾ। ਉਸ ਤਿਹਟੜੇ ਬਾਜ਼ਾਰ ਵਿੱਚ ਕੋਈ ਸੌਦਾ ਕਰ, ਪਰ ਇੱਕ ਖਿਆਲ ਕਰੀ, ਆ ਜਿਹੜੀ ਪੂੰਜੀ ਤੈਨੂੰ ਦਿੱਤੀ ਹੈ ਇਹਦਾ ਸੌਦਾ ਇਦੋਂ ਘੱਟ ਵੈਲਿਊ ਦਾ ਨਾ ਹੋਵੇ। ਦੱਸਣਾ ਲਓ, ਹੁਣ ਇੱਥੇ ਜੇ ਰੱਖ ਲਓ ਜਾ, ਮਨੁੱਖ ਦਿਨ ਰਾਤ ਆਪਣੀ ਪੂੰਜੀ ਤਾਂ ਖਰਚ ਕਰ ਰਿਹਾ, ਉਹਦਾ ਮੂਲ ਉੱਥੇ ਜੀਵਨ ਦਾ ਮੂਲ ਹਰ ਪਲ ਖਰਚ ਹੋ ਰਿਹਾ, ਪਤਾ ਨਹੀਂ ਇੱਕ ਇੱਕ ਸਵਾਸ ਅਸੀਂ ਗਿਣਦੇ ਨਹੀਂ, ਕਿੰਨੇ ਦੇ ਆਸ ਸਵਾਸ ਜ਼ਿੰਦਗੀ ਵਿੱਚ ਅਸੀਂ ਲੈ ਚੁੱਕੇ, ਕਿੰਨੇ ਬਾਕੀ ਰਹਿੰਦੇ, ਕੋਈ ਹਿਸਾਬ ਹੀ ਨਹੀਂ। ਇਹ ਸਾਡੀ ਪੂੰਜੀ ਹੈ, ਪਰ ਕਹਿਣ ਲੱਗੇ ਇਸ ਪੂੰਜੀ ਦੇ ਬਦਲੇ ਵਿੱਚ ਜੋ ਕੁਝ ਤੂੰ ਖਰੀਦ ਰਿਹਾ, ਭਾਵੇਂ ਬੈਂਕ ਬੈਲੈਂਸ ਹੈ, ਭਾਵੇਂ ਚੰਗੀ ਖੂਬਸੂਰਤ ਇਮਾਰਤ ਬਿਲਡਿੰਗ ਬਣਾ ਰਹੀ ਹੈ, ਭਾਵੇਂ ਕੋਈ ਕੀਮਤੀ ਕਾਰ ਖਰੀਦ ਰਹੀ ਹੈ, ਭਾਵੇਂ ਤੂੰ ਡਾਇਮੰਡ ਦੀ ਜਿਊਲਰੀ ਇਕੱਠੀ ਕਰ ਲਈ, ਸਵਾਸ ਤਾਂ ਲੱਗੇ ਹੀ ਨੇ ਹਰ ਚੀਜ਼ ਪੈਦਾ ਕਰਨ ਵਾਸਤੇ। ਪਰ ਕਹਿਣ ਲੱਗੇ ਭਲਾ ਜਿਸ ਦਿਨ ਤੇਰਾ ਇਹ ਮੂਲ ਖਤਮ ਹੋ ਗਿਆ ਤੇ ਤੂੰ ਆਖੇ ਮੈਨੂੰ 10-20-50 ਸਵਾਸ ਹੋਰ ਚਾਹੀਦੇ ਨੇ, ਉਸ ਦਿਨ ਭਲਾ ਇਹ ਬਿਲਡਿੰਗ ਵੇਚ ਕੇ ਤੂੰ 10 ਸਵਾਸ ਖਰੀਦ ਸਕਦਾ, ਉਸ ਦਿਨ ਕਾਰ ਵੇਚ ਕੇ ਤੈਨੂੰ 10 ਸਵਾਸ ਮਿਲ ਸਕਦੇ ਨੇ, ਜੇ ਸਾਰੀ ਆਪਣੀ ਸੰਪਦਾ ਦੇ ਦੇਵੇ ਤੇ ਆਖੇ ਜੀ ਮੈਨੂੰ ਇੱਕ ਦਿਨ ਹੋਰ ਦੇ ਦਿਓ, ਮਿਲਦਾ? ਤੇ ਜੇ ਨਹੀਂ ਮਿਲਦਾ ਤੇ ਫਿਰ ਕਾਹਦਾ ਵੰਝ ਕੀਤਾ, ਉੱਥੇ ਪੂੰਜੀ ਗਵਾ ਲਈ, ਉਹ ਮੁੜ ਕੇ ਪੂੰਜੀ ਬਣੀ ਨਾ ਸਕੀ, ਇਹੋ ਹੀ ਲਫ਼ਜ਼ ਕਹਿਣ ਲੱਗੇ। ਮੋਹੇ ਐਸੇ ਬਣਜ ਸਿਓ ਨਾਹੀਂ ਕਾਜ, ਕਹਿਣ ਲੱਗੇ ਮੇਰੇ ਕਿਸੇ ਕੰਮ ਨਹੀਂ ਇਹੋ ਜਿਹਾ ਵਪਾਰ, ਵਪਾਰੀ ਤਾਂ ਹਾਂ, ਵਪਾਰੀ ਤਾਂ ਹਾਂ। ਸਤਿਗੁਰੂ ਨੇ ਬਾਣੀ ਅੰਦਰ ਸ਼ਬਦਾਂ ਰਾਹੀਂ ਇਹਨਾਂ ਗੱਲਾਂ ਨੂੰ ਸਪਸ਼ਟ ਕੀਤਾ। ਇੱਕ ਥਾਂ ਤੇ ਕਹਿੰਦੇ ਨੇ ਸ਼ਾਹ ਵਪਾਰੀ ਦੁਆਰੇ ਆਏ, ਸ਼ਾਹ ਤੇਰੇ ਦੁਆਰੇ ਵਪਾਰੀ ਆਏ, ਵੱਖਰ ਕਾਢੋ ਸੌਦਾ ਤਾਂ ਆਏ,
10 ਮਹੀਨੇ ਕੀ ਦਿੰਦਾ ਹੈ। ਮੈਂ ਜਿਹੜੀ ਪੂੰਜੀ ਖਰਚ ਕਰ ਰਿਹਾ ਇਹ ਨਾ ਹੋਵੇ ਪੂੰਜੀ ਮੁੱਕ ਜਾਏ ਅਤੇ ਬਦਲੇ ਵਿੱਚ ਮੇਰੇ ਕੋਲ ਚਲੇ ਜੁਆਰੀ ਦੋ ਹੱਥ ਚੋਰ ਹੈ ਚਾਰ ਵਾਰੀ ਗੱਲ ਬਣ ਜਾਏ। ਐਸੇ ਬਣਸੀ ਬਣਜ ਸਿਉਂ ਨਾਹਿਨ ਕਾਜ, ਮੈਨਾਂ ਇਹੋ ਜਿਹੇ ਵਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ, ਮੇਰੇ ਕਿਸੇ ਕੰਮ ਨਹੀਂ। ਜੇ ਘਟੇ ਮੂਲ ਜਿਹੜੀ ਪੂੰਜੀ ਮੂਲ ਆਪਣਾ ਕੈਪੀਟਲ ਆਪਣੀ ਰਾਸ ਜਿਹੜੀ ਸਵਾਸਾਂ ਦੀ ਮੈਨੂੰ ਨਾਲ ਦਿੱਤੀ ਗਈ ਹੈ ਉਹ ਤਾਂ ਰੋਜ਼ ਘਟ ਰਹੀ ਹੋਵੇ, ਹਰ ਰੋਜ਼ ਘਟ ਰਹੀ ਹੋਵੇ ਤੇ ਵਿਆਜ ਵੱਧ ਰਹੀ ਹੋਵੇ, ਕਰਮਾਂ ਦੀ ਕਰਮਾਂ ਦਾ ਭੰਡਾਰਾ ਵੱਧ ਰਿਹਾ ਹੋਵੇ, ਉਹਨਾਂ ਕਰਮਾਂ ਦੇ ਉੱਤੇ ਮੈਨੂੰ ਹਿਸਾਬ ਦੇਣਾ ਪੈਣਾ। ਜਿੰਨਾ ਹਿਸਾਬ ਹੈ ਉਹ ਤਾਂ ਕਰਮਾਂ ਦੇ, ਤੇ ਕਰਮ ਵੱਧ ਰਹੇ ਨੇ ਦਿਨ ਰਾਤ, ਕਰਮ ਵੱਧ ਰਹੇ। ਮੈਂ ਕਰਮ ਹੀ ਇਕੱਠਾ ਹੀ ਕਰੀ ਜਾਂਦਾ, ਇਹ ਨਹੀਂ ਸੋਚਦਾ ਇਹਨਾਂ ਕਰਮਾਂ ਦੀ ਵੈਲਿਊ ਕੀ, ਇਹ ਨਹੀਂ ਸੋਚਦਾ ਇਹਨਾਂ ਕਰਮਾਂ ਦੀ ਕੀਮਤ ਕੀ ਹੈ। ਤੇ ਸਵਾਸ ਖਤਮ ਹੋਈ ਜਾਂਦੇ ਨੇ, ਕਹਿੰਦੇ ਨੇ ਹਿਸਾਬ ਨਹੀਂ ਪੂਰਾ ਹੋਇਆ। ਜਦੋਂ ਉਹ ਨਾਇਕ ਜਿਹਨੇ ਭੇਜਿਆ ਜਦੋਂ ਉਹ ਹਿਸਾਬ ਪੁੱਛੇਗਾ ਕੀ ਕਰਾਂਗਾ। ਗੁਰੂ ਨੇ ਆਖਿਆ ਨਾ ਮਾਈ ਖਾਟ ਆਇਓ ਘਰ ਪੂਤਾ, ਪੁੱਤਰ ਖੱਟ ਕੇ ਘਰ ਆਵੇ ਮਾਂ ਪਿਓ ਖੁਸ਼ ਹੁੰਦੇ। ਇਤਿਹਾਸ ਦੇ ਪੰਨਿਆਂ ਤੇ ਕੇਵਲ 20 ਰੁਪਏ ਦੀ ਗੱਲ ਆ ਗਈ, ਬਾਬੇ ਕਾਲੂ ਨੇ ਕੇਵਲ 20 ਰੁਪਏ ਦਿੱਤੇ ਤੇ ਉਹ ਚਾਹੁੰਦਾ ਸੀ 20 ਦੇ 50 ਬਣਾ ਕੇ ਲਿਆਵੇ। ਮੇਰੇ ਮਾਲਕ ਨੇ ਤੈਨੂੰ ਪੂੰਜੀ ਦਿੱਤੀ ਤੇ ਮੇਰੀ ਪੂੰਜੀ ਨਹੀਂ ਦਿੱਤੀ, ਤੈਨੂੰ ਵਪਾਰ ਦੇ ਵਿੱਚ ਜਿਹੜੇ ਜਿਹੜੇ ਸਾਧਨਾਂ ਦੀ ਲੋੜ ਸੀ, ਇੱਕ ਗੱਡੀ ਵੀ ਦਿੱਤੀ ਹੈ, ਘਰ ਵੀ ਦਿੱਤਾ ਬਣਾ ਕੇ, ਤੈਨੂੰ ਰਹਿਣ ਬਹਿਣ ਸਹਿਣ ਦੇ ਸਾਧਨ ਦਿੱਤੇ ਨੇ। ਇਹ ਸਾਰਾ ਕੁਝ ਉਸ ਮਾਲਕ ਨੇ ਨਾਇਕ ਨੇ ਇਸ ਲਈ ਦਿੱਤਾ ਵੀ ਤੂੰ ਵਪਾਰ ਚੰਗਾ ਕਰੇ। ਭਾਵੇਂ ਗੱਲ ਤਾਂ ਵਪਾਰ ਦੀ ਚੱਲ, ਪਰ ਦੋ ਗੱਲਾਂ ਜਿਹੜੀਆਂ ਨਾਲ ਰੱਖੇ ਉਹਦੇ ਅਰਥ ਬੜੇ ਸੁਧੇ ਜ਼ਰੂਰੀ ਸਨ, ਮੈਂ ਇਸ ਲਈ ਕਰ ਜਾਵਾਂ। ਕਹਿੰਦੇ ਨੇ ਸ਼ਬਦ ਵਿੱਚ ਨਾਇਕ ਅਕਾਲ ਪੁਰਖ ਹੈ, ਇਸ ਸ਼ਬਦ ਵਿੱਚ ਇਹ ਜੀਵ ਜਿਹੜਾ ਉਹਦੀ ਜੋਤ ਹੈ। ਕਹਿ ਕਬੀਰ ਹਮ ਰਾਮ ਕੀ ਅੰਸ਼, ਰਾਮ ਕੀ ਅੰਸ਼ ਹੋਣ ਕਰਕੇ ਇੱਥੇ ਇਸ ਜੀਵ ਨੂੰ ਵੀ ਨਾਇਕ ਆਖਿਆ ਗਿਆ। ਕਹਿਣ ਲੱਗੇ ਪੰਜ ਇਹਦੇ ਅੱਗੇ ਬਣਜਾਰੇ ਦੇ ਦਿੱਤੇ, ਇੱਥੇ ਬਸ ਨਹੀਂ, ਉਹਨਾਂ ਪੰਜਾਂ ਦੇ ਅੱਗੇ ਫਿਰ ਪੰਜ ਪੰਜ ਕਿਰਿਆ ਪ੍ਰਕਿਰਤੀ ਜਿਹਨੂੰ ਕਹਿੰਦੇ ਉਹ ਦਿੱਤੀ। ਉਸ ਐਸਾ ਮਾਇਆ ਦਾ ਪਸਾਰਾ ਸੀ, ਕਿਉਂਕਿ ਗੁਰਬਾਣੀ ਦਾ ਬਾਬਾ ਕਬੀਰ ਜੀ ਦੇ ਜਦੋਂ ਅਸੀਂ ਕੁਝ ਬਾਣੀ ਸ਼ਬਦ ਇਕੱਠੇ ਕਰਦੇ ਹਾਂ ਨਾ ਉਹ ਸਾਹਮਣੇ ਤਾਂ ਭੇਤ ਖੁੱਲ ਜਾਂਦੇ। ਇੱਕ ਹੋਰ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਵੀ ਇਹ ਪੰਜ ਦੇ ਨਾਲ ਪੰਜੀ ਲਫ਼ਜ਼ ਜੋੜਿਆ ਤੇ ਆਖਿਆ ਪੰਜ ਪੱਚੀਸ ਮੋਹ ਮਦ ਮਦ ਸਾ, ਪੰਜ ਪੱਚੀਸ ਮੋਹ ਮਦ ਮਦ ਸਰ ਆਡੀ ਪਰਪਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ।
लगे बर्द 25 बर्द जड़े ने जीवन की गड्डी नु चलाण वाले वो है के चार धारा त्रिया प्रकृति वो पंजी है वो भी नाल में पर हैं काज निबड़ वाले ने प्रकृति है प्रकृति दा अखरी अर्थ है पराई किरत जिंदे च अपना कुछ भी ना होवे अपना जो कुछ भी हो रहा है वो मेरे काम नहीं मनुख जो कुछ कर रहा है वो अपने काम दा नहीं सुंदर वैष्णु प्रकृत विच क्यों लाया सी ये ना अमीर हो सके काम तो करे पर अपना नहीं सूद वैस पर किरत कमावे क्योंकि पराई किरत जो भी होंगी है ना उनके विच अपना कुछ भी नहीं बढ़ता गुरु ने बाणी विच क्यों आख्या कह लगे कोई मनुख मजूरी करने वाला लेबर करने वाला उन्हें फड़ लिया किसी अमीर ने ते आख्या मेरे को आ दौलत दी मोरा दी पंड चुकी नहीं जाती ले तू सिर ते चुक लै ते मैनू घर छड्डिया गुरु ने बाणी भी आख्या कहन लगे जो बिगारी कह सिर दीजे दाम भाव रुपए पैसे दमड़े पैसे होंगे सन जो भारे होंगे सन 10-20 हज़ार तक चुके तुरे नहीं जाता कह लगे ज्यो बगारी कै सिर दीजे दाम ते हुंदा की है ओ खसमे के ग्रह उन दुख सां बणी ओ सिर ते चुक के तुरया जांदा है हुंदा ते कुछ भी नहीं होता खसम दे दर ते चला जांदा है दौलत ता खसम मालिक रह गया ओ के दुख ही सहंदा गया सारे राह भार चुकी दी तुरया गया ज्यो बगारी कै सिर दीजे दाम ओ खसमे के ग्रह ब्राह्मण ने ला दिता कि कर जरूर कर्म है पर वो कर्म जेड़ा है वो प्रकृति सूद वैश परकिरत कमावे हुण इत्थे भी इह लफ़ज़ ने ਪੰਜੀ ਪ੍ਰਕਿਰਤੀਆਂ ਨਾਲ ਰਲ ਗਈਆਂ ਇੱਥੇ ਬਸ ਨੌ ਬਈਆ ਇਹ ਸਰੀਰ ਦੀ ਬਣਤਰ ਇੱਥੇ ਸਾਬਤ ਕਰ ਰਹੇ ਸਾਰੀ ਕਿਉਂਕਿ ਸਰੀਰ ਨੂੰ ਇੱਕ ਗੱਡੀ ਬਣਾਇਆ ਨਾ ਇਹਦੇ ਉੱਤੇ ਗੂਣ ਭਰ ਕੇ ਇਹਦੇ ਉੱਤੇ ਖਜ਼ਾਨਾ ਭਰ ਕੇ ਰੱਖਿਆ ਸਵਾਸਾਂ ਦਾ ਜਿਹੜੀ ਸਾਰਾ ਵਣਜ ਤਾਂ ਇਹ ਸਰੀਰ ਕਰਕੇ ਜਿਸ ਦਿਨ ਸਰੀਰ ਚਲਾ ਗਿਆ ਸਾਰਾ ਵਣਜ ਖਤਮ ਹੋ ਗਿਆ ਵਪਾਰ ਹੀ ਖਤਮ ਹੋ ਗਿਆ ਇਸ ਲਈ ਇਸ ਵਪਾਰੀ ਦੇ ਰੂਪ ਵਿੱਚ ਤਾਂ ਭੇਜਿਆ ਹੈ ਮਨੁੱਖ ਨੂੰ ਇਹਦਾ ਸਰੀਰ ਹੈ ਇਹਦੇ ਵਿੱਚ ਕੁਛ ਗੱਲਾਂ ਉਹਦੀਆਂ ਨੇ ਕਰ ਦਿੱਤੀਆਂ ਬਾਬਾ ਕਬੀਰ ਨੇ ਨੌ ਬਈਆ ਹੁਣ ਬਈਆ ਕਿਸ ਨੂੰ ਕਹਿੰਦੇ ਨੇ ਥੋੜ੍ਹੀ ਜਿਹੀ ਐਨੀ ਕਿ ਗੱਲ ਨੂੰ ਸਾਂਝੀ ਕਰਦੇ ਨੌ ਬਈਆ ਹੱਡੀਆਂ ਮੇਨ ਹੱਡੀਆਂ ਜਿਹੜੀਆਂ ਸਰੀਰ ਵਿੱਚ ਨੇ ਮੁੱਖ ਹੱਡੀਆਂ ਉਹ ਨੌ ਨੇ ਤੇ ਜਿਹੜੀ ਚੀਜ਼ ਦੇ ਸਹਾਰੇ ਕੋਈ ਚੀਜ਼ ਬਣੇ ਉਹਨੂੰ ਬਈਆ ਆਖਦੇ ਨੇ ਮੰਜੀ ਤੁਸੀਂ ਲਿਆਉਂਦੇ ਹੋ ਨਾ ਘਰ ਉਹਦੇ ਵਿੱਚ ਕੀ ਹੁੰਦੀ ਹੈ ਬਾਹੀ ਸ਼ਬਦਾਵਲੀ ਆਮ ਵਰਤੋਂ ਵਾਲੀ ਵੀ ਨਾਲ ਸਮਝਣੀ ਪੈਂਦੀ ਹਾਲਾਂਕਿ ਉਹਦੇ ਵਿੱਚ ਸਿਰੋਂ ਵੀ ਹੁੰਦਾ ਉਹਦੇ ਵਿੱਚ ਪਾਵੇ ਵੀ ਹੁੰਦੇ ਨੇ ਪਰ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਪੈਂਦਾ ਬੈਠਣ ਉੱਠਣ ਲੱਗਿਆ ਉਹ ਬਾਹੀ ਤੇ ਪੈਂਦਾ ਹੈ ਉਹ ਹੁੰਦੀਆਂ ਨੇ ਜਿਹੜੀਆਂ ਲੰਬੀਆਂ ਲਗਰਾਂ ਤੋਂ ਮੇਨ ਹੈ ਉਹਨੂੰ ਆਪਾਂ ਬਾਹੀ ਆਖਦੇ ਹਾਂ ਇਹ ਆਮ ਵਰਤੋਂ ਦੀ ਗੱਲ ਹੈ ਤੇ ਸਰੀਰ ਦੀਆਂ ਵੀ ਜਿਹੜੀਆਂ ਮੇਨ ਸਰੀਰ ਦੇ ਸਾਰੇ ਢਾਂਚੇ ਨੂੰ ਚੁੱਕ ਕੇ ਰੱਖਦੀਆਂ ਨੇ ਉਹ ਨੌ ਨੇ ਗਿਣਤੀ ਦੇਖੋ ਇੱਕ ਲੱਤ ਵਿੱਚ ਦੋ ਇੱਕ ਗੋਡੇ ਤੋਂ ਉੱਪਰ ਇੱਕ ਗੋਡੇ ਤੋਂ ਥੱਲੇ ਦੋ ਲੱਤਾਂ ਵਿੱਚ ਚਾਰ
ਇੱਕ ਬਾਹ ਵਿੱਚ ਦੋ, ਇੱਕ ਕੂਣੀ ਤੋਂ ਥੱਲੇ ਇੱਕ ਕੂਣੀ ਤੋਂ ਉੱਪਰ, ਮੇਨ ਜਿਹੜੀਆਂ ਚੀਜ਼ਾਂ ਨੇ ਚਾਰ ਅਤੇ ਚਾਰ ਅੱਠ, ਅਤੇ ਇੱਕ ਰੀੜ੍ਹ ਦੀ ਹੱਡੀ ਜਿਹੜੀ ਮੇਨ ਹੈ, ਸਭ ਤੋਂ ਜ਼ਿਆਦਾ ਭਾਰ ਚੁੱਕਦੀ ਹੈ, ਬਾਕੀ ਸਾਰੀਆਂ ਚੀਜ਼ਾਂ ਛੋਟੀਆਂ ਨੇ। ਇਹ ਨੌ ਬਈਆ, ਇਹ ਨੌ ਬਾਹੀਆਂ ਨੇ ਸਰੀਰ ਨੂੰ ਖੜਾ ਰੱਖਣ, ਇਸ ਜੀਵਨ ਦੀ ਸਰੀਰ ਦੀ ਗੱਡੀ ਨੂੰ ਚਲਾਉਣ ਵਾਲੀ। ਮੈਂ ਹੈਰਾਨ ਹਾਂ ਬਾਬਾ ਕਬੀਰ ਜੀ ਕਿੱਥੇ ਜਾ ਪਹੁੰਚੇ, ਕਹਿੰਦੇ ਤੈਨੂੰ ਸਰੀਰ ਦਿੱਤਾ ਹੈ, ਇੱਕ ਐਸੀ ਗੱਡੀ ਦਿੱਤੀ ਹੈ ਜਿੱਦਾਂ ਜਿੱਦਾਂ ਸਮਾਨ ਹੈ, ਅਤੇ ਫਿਰ ਕਸਕ ਬਹੱਤਰ, ਕਸਕ ਕਹਿੰਦੇ ਨੇ ਕੱਸਣ ਵਾਲੀ ਜਿਹੜੀ ਬੰਨ ਕੇ ਰੱਖਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ, ਉਹ ਬਹੱਤਰ ਨਾੜੀਆਂ ਮੇਨ ਨੇ ਜਿਹੜੀਆਂ ਸੇਬੇ ਦਾ ਕੰਮ ਦਿੰਦੀਆਂ ਨੇ, ਰੱਸੀ ਦਾ ਕੰਮ ਦਿੰਦੀਆਂ ਨੇ, ਅਤੇ ਸਰੀਰ ਨੂੰ ਬੰਨ ਕੇ ਰੱਖਦੀਆਂ ਨੇ। ਬਾਬਾ ਕਬੀਰ ਸਰੀਰ ਦੀ ਖੋਜ ਵੀ ਚਲੇ ਗਏ ਨੇ, ਕਹਿੰਦੇ ਕਸਕ ਕੱਸ ਕੇ ਰੱਖਣ ਵਾਲੀਆਂ ਬਹੱਤਰ ਮੇਨ ਨਾੜੀਆਂ ਨੇ, ਆਪਣੀ ਅਸਾਂ ਤੋਂ ਆਖ ਰਹੇ ਨੇ। ਇਸ ਸਰੀਰ ਵਿੱਚ ਬਹੱਤਰ ਕਸਕ ਨਾੜੀਆਂ ਮੇਨ ਨਾੜੀਆਂ ਲਗਾ ਦਿੱਤੀਆਂ, ਢਾਂਚਾ ਖੜਾ ਕਰ ਦਿੱਤਾ, ਅਤੇ ਆਖਿਆ ਲੈ ਇਸ ਗੱਡੀ 'ਤੇ ਸਵਾਸਾਂ ਦੀ ਪੂੰਜੀ ਲੱਦ ਕੇ ਲੈ ਜਾ, ਅਤੇ ਕੋਈ ਚੰਗਾ ਵਪਾਰ ਕਰਕੇ ਲਿਆ, ਸਵਾਸਾਂ ਨਾਲੋਂ ਕੀਮਤੀ ਹੋਵੇ। ਮਸਲਾ ਸੀ ਕਹਿਣ ਲੱਗੇ, ਪਰ ਹੋਇਆ ਇਸ ਦੇ ਉਲਟ, ਮੈਂ ਦੇਖਿਆ ਮੇਰੀ ਪੂੰਜੀ ਤਾਂ ਦਿਨ ਰਾਤ ਲੁਟੀਂਦੀ ਜਾਈ, ਜਿਹੜੇ ਜਿਹੜੇ ਕਿਸੇ ਕਾਊਂਟਰ 'ਤੇ ਬੈਠੇ ਸਨ, ਸਤ ਰਜੋ ਗੁਣੀ ਤਮੋ ਸਤੋ ਗੁਣੀ, ਉਹ ਇਸ ਪੂੰਜੀ ਨੂੰ ਲੁੱਟਦੇ ਰਹੇ, ਮੇਰੇ ਹੱਥ ਕੁਝ ਨਾ ਰਿਹਾ, ਅਤੇ ਮੈਂ ਸੋਚੀ ਪੈ ਗਿਆ ਮੋਹੇ ਐਸੇ ਬਣਜਿਸੋ ਨਾਹਿਨ ਕਾਜ, ਮੇਰੇ ਕਿਸ ਕੰਮ ਇਹ ਬਣਜ, ਜੇ ਘਟੇ ਮੂਲ ਨਿਤ ਬੜੇ ਵਿਆਜ, ਹਾਲਤ ਇਹ ਹੋ ਗਈ ਤੇ ਪੂੰਜੀ ਹੈਰਾਨੀ ਬਣਜ ਟੂਟ, ਜਿਸ ਦਿਨ ਪੂੰਜੀ ਕੋਲ ਨਾ ਰਹੇ ਉਸ ਦਿਨ ਬਣਜ ਤੇ ਆਪੇ ਟੁੱਟ ਜਾਣਾ, ਖਤਮ ਹੋ ਜਾਣਾ, ਵਪਾਰ ਹੀ ਖਤਮ ਹੋ ਜਾਣਾ। ਸਾਡੀ ਜ਼ਿੰਦਗੀ ਦੀ ਵੀ ਇਹੋ ਹਾਲਤ ਹੈ, ਸਾਡੀ ਸਵਾਸਾਂ ਦੀ ਪੂੰਜੀ ਜਿਸ ਦਿਨ ਖਤਮ ਹੋ ਜਾਂਦੀ ਹੈ ਸਾਡਾ ਵਪਾਰ ਵੀ ਖਤਮ ਹੋ ਜਾਂਦਾ, ਉਸ ਤੋਂ ਬਾਅਦ ਅਸੀਂ ਨਾ ਕੁਝ ਖਰੀਦ ਸਕਦੇ ਹਾਂ ਨਾ ਵੇਚ ਸਕਦੇ। ਜੀਵਨ ਦਾ ਵਪਾਰ ਕੀ ਹੈ? ਉਨੀ ਦੇਰ ਹੀ ਚੱਲਦਾ ਜਿੰਨੀ ਦੇਰ ਸਵਾਸਾਂ ਦੀ ਪੂੰਜੀ ਕੋਲ ਹੈ। ਪੂੰਜੀ ਹੈਰਾਨੀ, ਪੂੰਜੀ ਹਿਰ ਗਈ, ਖਤਮ ਹੋ ਗਈ, ਬੰਜ ਟੂਟ, ਬਸ ਬਣ ਗਏ ਉੱਥੇ, ਵਪਾਰ ਉੱਥੇ ਟੁੱਟ ਗਿਆ, ਖਤਮ ਹੋ ਗਿਆ, ਹੁਣ ਇਹਦਾ ਕੋਈ ਵਪਾਰ ਨਹੀਂ, ਹੁਣ ਕਿਉਂਕਿ ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਵਪਾਰ ਟੁੱਟ ਗਿਆ। ਫਿਰ ਕਹਿਣ ਲੱਗੇ ਜੇ ਵਪਾਰ ਟੁੱਟ ਜਾਏ ਤੇ ਜੋ ਸਮਾਨ ਗੱਡੀ ਗੁੱਡੀ ਸਭ ਕੁਝ ਵੱਖ ਵੱਖ ਹੋ ਕੇ ਖਿਲਰ ਜਾਂਦੀ ਹੈ। ਕਹਿਣ ਲੱਗੇ ਹਾਲਤ ਇਹ ਹੋ ਗਈ ਬਾਡੀ ਦੀ ਵੀ, ਸਰੀਰ ਦੀ, ਗੱਡੀ ਦੀ ਵੀ, ਕਿ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇੱਕ ਰੋਮਨ ਹਾਰੇ ਕੀ ਕਵੰਟੇ। ਕਹਿਣ ਲੱਗੇ ਕਰਕੇ ਤੁਰਿਆ ਜਾਂਦਾ ਸੀ ਕਪੜਾ, ਉਹ ਵੀ ਫੁੱਟ ਗਿਆ, ਬਿਖਰ ਗਿਆ। ਦੇਸ਼
हर कोई व्यापारी बनजारा बन के आया है। गुरु तो आवाजा पे दिंदा है, कहना वंज करो बनजारे हो, भोखर ले हो संभाल, तैसी वस्तु विसाई है जैसी निभ है नाल, अगे शाओ सुधान है लैसी वस्तु संभाल, भाई रे राम कहो चित लाए, हर जस वखर लै चलो, सौ देखे पति आए, बड़ा खुश होवे मालिक मेरा पुत्र खट्टी खट के आया है। पर देख जिन्ना रास ना सच है, क्यों तिन्ना सुख होए, खोटे खन बनज बनजया मन तन खोटा होए, भाई फाथे मिर्ग ज्यो दुख घनो नित रोए। कह लगे इसलिए चंगी गल है, सानू उसकी कदर ने कि एक एक सवास की कीमत है, की वैल्यू है, असी उनके बदले में की खरीद रहे हैं। उन्होंने आख्या प्राणी तू आयो लाहा लैन, पर हो की रहा है, लाहे को तू ढीला ढीला, तोटे को बेगदाया, जिथे नुकसान हुंदा होवे स्वासां दा व्यर्थ जांदे होण स्वास, भावें ओह किसी क्लब विच भावें किसी मीटिंग विच भावें किसी व्यापार विच, जिथे व्यर्थ जांदे होण स्वास उत्थे तूं दौड़िया जाणा है, ते जिथे स्वासां दी वैल्यू पैंदी होवे कीमत पैंदी होवे, तैनूं पता लगे मेरे स्वास केडे कीमती ने, उत्थे तेनू आलस आ जाता है। लाहे को तू ढीला ढीला, तोटे को बेगधाया, सस्त वखर तू खिने ना ही पापी बाधा रहनाया। इसलिए जे हर जीवन व्यापार है, तो हर व्यापारी नू अपनी पूंजी का ख्याल, वैल्यू, कीमत का पता होना चाहिए। इन्हों शब्द नरख लगा फतेह बुलाओ। वाहेगुरु जी का खालसा, वाहेगुरु जी।